नमस्कार, स्वागत है तुहाडा मेरे चैनल ते। अज शुरू करन जा रहे हां सिमर दुराहा द्वारा लिखी गई पंजाबी पुस्तक समान, भाग एक, होमलैंड फ्लैट नंबर 121। सवेर दे 5 बजे सारी रात नींद नहीं आई तो बब्बू कुछ सोची गया, कदे खुलियां अखां च ते कदे बंद च। अख कदों खुलदी सी कदों बंद हुंदी सी खुद शायद बब्बू नूं भी नहीं सी पता, शायद इदां सी उहनूं अपने वजूद दा खुद नहीं सी पता। ਉਹ ਤਾਂ ਬਸ ਪੀਲੇ ਰੰਗ ਦੀ ਡਿਮ ਲਾਈਟ 'ਚ 16 ਡਿਗਰੀ ਸੈਲਸੀਅਸ 'ਤੇ ਏਸੀ ਛੱਡ ਕੇ ਦਸੰਬਰ ਦੇ ਮਹੀਨੇ ਵਿੱਚ ਸੌਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹਨੂੰ ਕੁਝ ਸੌਣ ਨਹੀਂ ਸੀ ਦੇ ਰਿਹਾ। ਲੱਗਦਾ ਹੈ ਕੋਈ ਯਾਦ ਸੀ ਬਚਪਨ ਦੀ ਜਾਂ ਉਹਦੇ ਕਾਲਜ ਦੀ ਜਾਂ ਉਹਦੇ ਯਾਰਾਂ ਦੀ, ਪਤਾ ਨਹੀਂ ਸ਼ਾਇਦ ਪ੍ਰੀਤ ਦੀ। ਪ੍ਰੀਤ ਤਾਂ ਉਸਦਾ ਦਿਲ ਸੀ ਅਤੇ ਯਾਰ ਦੋਸਤ ਉਹਦੀ ਜ਼ਿੰਦਗੀ ਅਤੇ ਮਾਪੇ ਉਹਦਾ ਆਦਰਸ਼ ਉਹਦੇ ਅਸੂਲ। ਬਸ ਸਾਰੀਆਂ ਚੀਜ਼ਾਂ 'ਚ ਘਿਰਿਆ ਬਾਰ ਬਾਰ ਟੇਬਲ ਲਾਈਟ ਨੂੰ ਔਨ ਆਫ ਕਰਦਾ ਪਿਆ ਸੀ। ਫਿਰ ਉਹਨੇ ਅੱਕ ਕੇ ਆਪਣਾ ਟੀਵੀ ਔਨ ਕੀਤਾ ਅਤੇ ਕੋਈ ਪੰਜਾਬੀ ਗੀਤਾਂ ਦਾ ਚੈਨਲ ਲਗਾਇਆ, ਪਰ ਅੱਜ ਪਹਿਲੀ ਵਾਰ ਉਹਨੂੰ ਗੀਤ ਵੀ ਨਹੀਂ ਸੀ ਚੰਗੇ ਲੱਗ ਰਹੇ। ਜਿਹੜੇ ਗੀਤ ਉਹਨੂੰ ਟੈਨਸ਼ਨ ਫ੍ਰੀ ਕਰਦੇ ਸਨ ਅੱਜ ਉਹ ਵੀ ਉਸਨੂੰ ਆਪਣਾ ਅਸਰ ਦਿਖਾਉਣ 'ਚ ਨਾ ਕਾਮਯਾਬ ਹੋ ਗਏ ਸਨ। ਫਿਰ ਨਿਊਜ਼ ਚੈਨਲ 'ਤੇ ਤਾਂ ਜਿਵੇਂ ਉਹਦਾ ਮਰਨ ਹੀ ਹੋ ਗਿਆ ਸੀ। ਇੱਕ ਵੀ ਤਰੱਕੀ ਦੀ ਖਬਰ ਨਹੀਂ, ਕੋਈ ਰੇਪ ਦੀ, ਕੋਈ ਕਤਲ ਦੀ ਖਬਰ, ਕੋਈ ਬੋਰਿੰਗ ਜਿਹੀਆਂ ਖਬਰਾਂ। ਫਲਾਣਾ ਬਿੱਲ ਪਾਸ ਹੋ ਗਿਆ, ਫਲਾਣੇ ਦੇਸ਼ ਦੀ ਰਾਜਧਾਨੀ ਦਾ ਨਾਮ ਬਦਲਿਆ ਗਿਆ, ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਇਹ ਕਹਿ ਰਿਹਾ ਹੈ ਕਿ ਉਸਦੀ ਗੱਲ ਦਾ ਜਵਾਬ ਕਿਮ ਜੋਂਗ ਨੇ ਇਹ ਦਿੱਤਾ। ਉਸਨੂੰ ਇਹ ਸਭ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਟੀਵੀ ਉਸਦਾ ਮੂੰਹ ਚਿੜਾ ਰਿਹਾ ਹੋਵੇ। ਫਿਰ ਉਸਨੂੰ ਯਾਦ ਆਇਆ ਕਿ ਅਕਸਰ ਉਹ ਫਿਲਮਾਂ ਦੇਖ ਕੇ ਖੁਸ਼ ਹੁੰਦਾ ਹੈ, ਪਰ ਜਦ ਦੇਖਿਆ ਤਾਂ ਤਾਮਿਲ ਦੀਆਂ ਗੱਪਾਂ ਨਾਲ ਭਰੀਆਂ ਹੋਈਆਂ ਫਿਲਮਾਂ, ਕੋਈ ਕਿਸੇ ਨੂੰ ਮਾਰ ਰਿਹਾ ਹੈ, ਕੋਈ ਹਵਾ ਵਿੱਚ ਉਡਾ ਰਿਹਾ, ਉਸਨੂੰ ਬਰਦਾਸ਼ਤ ਕਰਨਾ ਔਖਾ ਹੋ ਗਿਆ। ਇਸ ਤਰ੍ਹਾਂ ਲੱਗਿਆ ਕਿ ਆਪਣਾ ਸਿਰ ਟੀਵੀ 'ਚ ਮਾਰੇ ਅਤੇ ਅੰਦਰ ਵੜ ਜਾਵੇ। ਪਹਿਲਾਂ ਤਾਂ ਉਸ ਸਣਕੀ ਗਾਉਣ ਵਾਲੇ ਦੇ ਦੰਦ ਭੰਨੇ ਜੋ ਕਹਿ ਰਿਹਾ ਸੀ ਕਿ ਮੁਹੱਬਤ ਜਦ ਦੀ ਹੋਈ ਹੈ ਜੱਗ ਸੋਹਣਾ ਸੋਹਣਾ ਲੱਗਦਾ ਹੈ। ਫਿਰ ਖਬਰਾਂ ਵਾਲੀ ਦੀ 10 ਮਿੰਟ ਵਿੱਚ 100 ਖਬਰਾਂ ਵਾਲੀ ਲਿਸਟ ਨੂੰ ਅੱਗ ਲਾ ਦੇਵੇ ਅਤੇ ਫਿਰ ਤੋੜੇ ਕੈਮਰਾ ਤਾਮਿਲ ਫਿਲਮਾਂ ਵਾਲਿਆਂ ਦਾ ਜੋ ਝੂਠੇ ਇੰਨੇ ਕੌਨਫੀਡੈਂਸ ਨਾਲ ਝੂਠ ਨੂੰ ਦਿਖਾਉਂਦੇ ਹਨ ਕਿ ਆਦਮੀ ਨੂੰ ਲੱਗੇ ਕਦੇ ਚੇਨਈ ਤਾਂ ਜਾਣਾ ਹੀ ਨਹੀਂ, ਉਹ ਤਾਂ ਘਸੁੰਨ ਮਾਰ ਕੇ ਛੱਤ 'ਤੇ ਚਾੜ ਦੇਣਗੇ। ਪਰ ਫਿਰ ਉਹਨੇ ਉਹੀ ਕੀਤਾ ਜੋ ਅਸੀਂ ਸਾਰੇ ਕਰਦੇ ਹਾਂ, ਰਿਮੋਟ ਚੁੱਕ ਕੇ ਟੀਵੀ ਬੰਦ। ਫਿਰ ਉਹ ਚੁੱਪ ਕੀਤਾ, ਕੁਝ ਸੋਚਣ ਲੱਗਿਆ ਕਿ ਉਹ ਸਾਰੇ ਦਿਨ 'ਚ ਕਿੰਨਾ ਜ਼ਿਆਦਾ ਬੋਲਦਾ ਹੈ ਅਤੇ ਹੁਣ ਪਿਛਲੇ 8 ਘੰਟੇ ਤੋਂ ਚੁੱਪ ਹੈ, ਕਿਤੇ ਉਸਦੀ ਆਵਾਜ਼ ਨੂੰ ਤਾਂ ਨਹੀਂ ਕੁਝ ਹੋ ਗਿਆ। ਉਸਨੇ ਇਕੱਲੇ ਨੇ ਹੀ ਕਮਰੇ 'ਚ ਕਿਹਾ, ਓਏ ਕਿੱਦਾਂ? ਫਿਰ ਉਹ ਚੁੱਪ ਹੋ ਗਿਆ ਕਿ ਮੈਂ ਇਹ ਬਚਕਾਨਾ ਹਰਕਤਾਂ ਕਰ ਰਿਹਾ ਹਾਂ। ਫਿਰ ਉਹਨੇ ਸੋਚਿਆ ਕਿ ਕਿੱਦਾਂ ਟਾਈਮ ਕੱਢਿਆ ਜਾਵੇ, ਤਾਂ ਆਪਣਾ ਆਈਫੋਨ ਚੁੱਕਿਆ ਅਤੇ ਫੇਸਬੁੱਕ ਖੋਲ੍ਹੀ। ਐਵੇਂ ਫਾਲਤੂ ਵਿੱਚ ਹੀ ਲੋਕਾਂ ਦੀਆਂ ਪੋਸਟਾਂ 'ਤੇ ਲਾਈਕ ਕਰਨ ਲੱਗਿਆ ਅਤੇ ਸੋਚਣ ਲੱਗਿਆ ਕਿ ਲੋਕ ਸਾਲੇ ਇੱਥੇ ਆ ਕੇ ਆਲੋਚਕ ਕਿਉਂ ਬਣ ਜਾਂਦੇ ਹਨ ਕਿ ਸਰਕਾਰ ਇਹ ਕਰ ਰਹੀ ਹੈ। ਉਸਨੂੰ ਨਿਆਂ ਨਹੀਂ ਮਿਲਿਆ, ਉਹਦਾ ਵਿਆਹ ਹੋ ਗਿਆ, ਫਲਾਣੇ ਨੇ ਤੇਰੇ ਜਨਮਦਿਨ 'ਤੇ ਤੈਨੂੰ ਵਧਾਈ, ਇਹੋ ਸੋਚਦਾ ਰਿਹਾ। ਸਾਲਾਂ ਲੋਕਾਂ ਦਾ ਮਾਨਸਿਕ ਸੰਤੁਲਨ ਹਿੱਲ ਤਾਂ ਨਹੀਂ ਗਿਆ? ਫਿਰ ਉਸਨੇ ਸੋਚਿਆ ਕਿ ਉਹ ਆਪ ਵੀ ਤਾਂ ਇਹੀ ਕੁਝ ਕਰਦਾ। ਅੱਜ ਕੱਲ੍ਹ ਵੀ ਆਪਣੇ ਇਸ ਵੀਰ ਦਾ ਗਾਣਾ ਆਇਆ, ਇਸ ਵੀਰ ਦਾ ਲਿਖਿਆ ਹੋਇਆ, ਇਸ ਵੀਰ ਦੀ ਵੀਡੀਓ ਦੇ ਸ਼ੇਅਰ ਨਾਲ ਸਪੋਰਟ ਅਤੇ ਆਪਣੇ ਆਪ ਨੂੰ ਸ਼ਰਮ ਆਈ ਕਿ ਮੈਂ ਸਾਰਾ ਦਿਨ ਇਹ ਵਿਹਲੇ ਕੰਮ ਕਰਦਾ ਰਹਿੰਦਾ। ਫਿਰ ਉਹਨੇ ਸੋਚਿਆ, ਛੱਡ ਯਾਰ ਸਾਲਾ, ਫੇਸਬੁੱਕ ਨੂੰ ਕੌਣ ਪੁੱਛਦਾ ਹੈ? 2 ਕੁ ਸਾਲ ਪਹਿਲਾਂ ਇਹਦੀ ਝੰਡੀ ਸੀ, ਹੁਣ ਤਾਂ ਸਨੈਪਚੈਟ ਅਤੇ ਇੰਸਟਾ ਦੀ ਆ। ਪਰ ਇੱਕੋ ਦਮ ਉਸਨੇ ਸੋਚਿਆ, ਆਹ ਕੀ ਫਾਲਤੂ ਗੱਲ ਸੋਚ ਰਿਹਾ ਹਾਂ ਮੈਂ, ਮੈਨੂੰ ਹੋਰਾਂ ਵਰਗੀਆਂ ਕਿੰਨੀਆਂ ਟੈਨਸ਼ਨਾਂ ਨੇ। ਫਿਰ ਫੋਨ ਦਾ ਲੋਕ ਲਾਇਆ ਅਤੇ ਪਾਸੇ ਰੱਖ ਦਿੱਤਾ। ਸੌਣ ਦੀ ਆਸ 'ਚ ਸਿਰਹਾਣਾ ਢੋਅ ਦੇ ਥੱਲੇ ਕੀਤਾ ਤਾਂ ਅੱਖਾਂ ਬੰਦ ਕੀਤੀਆਂ, ਫਿਰ ਕੁਝ ਸੋਚਦਾ ਰਿਹਾ। 5 ਮਿੰਟ ਨਹੀਂ ਲੰਘੇ ਸਨ ਕਿ ਫਿਰ ਅੱਖਾਂ ਖੋਲ੍ਹੀਆਂ ਅਤੇ ਸੋਚਣ ਲੱਗ ਪਿਆ। ਅੱਕ ਕੇ ਫਿਰ ਬੈਠ ਵੀ ਗਿਆ ਕਿ ਕੀ ਹੱਲ ਕਰੀਏ ਯਾਰ। ਉਹਨੂੰ ਲੱਗਿਆ ਸ਼ਾਇਦ ਨੀਂਦ ਤਾਂ ਨਹੀਂ ਆ ਰਹੀ, ਕਿ ਰਾਤੀ ਕੁਝ ਖਾਧਾ ਨਹੀਂ ਸੀ, ਸੋਚਦਾ ਹੀ ਰਿਹਾ। ਉਹ ਉੱਠ ਕੇ ਰਸੋਈ 'ਚ ਗਿਆ ਅਤੇ ਮੈਗੀ ਬਣਾਉਣ ਲੱਗਿਆ, ਨਾਲੇ ਬਲੈਕ ਕੌਫੀ। ਹਲੇ ਮੈਗੀ ਰੱਖੀ ਹੀ ਸੀ ਕਿ ਪਤਾ ਨਹੀਂ ਉਸਨੂੰ ਕੀ ਹੋਇਆ ਕਿ ਉਸਨੇ ਰੈਗੂਲੇਟਰ ਰਾਹੀਂ ਗੈਸ ਬੰਦ ਕਰ ਦਿੱਤੀ ਕਿ ਛੱਡ ਯਾਰ ਇਹ ਕੋਈ ਹੱਲ ਨਹੀਂ। ਫਿਰ ਜਾ ਕੇ ਟੋਇਲਟ ਸੀਟ 'ਤੇ ਬੈਠ ਗਿਆ ਅਤੇ ਕਿੰਨਾ ਹੀ ਟਾਈਮ ਸਟੈਚੂ ਬਣ ਕੇ ਬੈਠਾ, ਇਹੀ ਸੋਚੀ ਗਿਆ ਕਿ ਅੱਜ ਟਾਈਮ ਨੂੰ ਕੀ ਹੋਇਆ, ਇਹ ਲੰਘ ਕਿਉਂ ਨਹੀਂ ਰਿਹਾ। ਫਿਰ ਉਸਨੇ ਆਪਣੇ ਪਜਾਮੇ ਦੀ ਜੇਬ 'ਚੋਂ ਫੋਨ ਫਿਰ ਬਾਹਰ ਕੱਢਿਆ ਅਤੇ ਇੰਸਟਾ ਖੋਲ੍ਹ ਲਿਆ, ਸਰਚ ਵਾਲੀ ਆਪਸ਼ਨ 'ਤੇ ਆਇਆ ਅਤੇ ਸਭ ਥੱਲੇ ਥੱਲੇ ਕਰਦਾ ਰਿਹਾ ਅਤੇ ਇੱਕਦਮ ਸੰਜੇ ਦੱਤ ਦੀ ਫੋਟੋ ਉਹਦੀਆਂ ਅੱਖਾਂ ਅੱਗੇ ਆਈ ਅਤੇ ਉਹਨਾਂ ਦੀ ਜ਼ਿੰਦਗੀ 'ਤੇ ਫਿਲਮ ਬਣ ਰਹੀ ਹੈ। ਉਹਨਾਂ ਨੇ ਉਸ ਵਿੱਚ ਬਹੁਤ ਕੁਝ ਦੱਸਿਆ ਹੈ ਕਿ ਲੋਕਾਂ ਦੇ ਕਿਰਦਾਰ ਪ੍ਰਤੀ ਕੀ ਲੋਕ ਅੰਦਾਜ਼ਾ ਲਾਉਂਦੇ ਹਨ, ਪਰ ਉਹ ਅਸਲ 'ਚ ਕੀ ਨੇ। ਬੱਬੂ ਦੇ ਮਨ ਵਿੱਚ ਇੱਕਦਮ ਘੰਟੀ ਵੱਜੀ ਜਿਵੇਂ ਉਹ ਕੁਝ ਸੋਚਣ ਲੱਗ ਪਿਆ। ਫਿਰ ਉਹਨੇ ਕਿਹਾ ਕਿ ਲੋਕ ਤਾਂ ਮੇਰੇ ਬਾਰੇ ਵੀ ਗਲਤ ਅੰਦਾਜ਼ੇ ਲਾਉਂਦੇ ਨੇ, ਕਿਉਂ ਨਾ ਮੇਰੇ 'ਤੇ ਵੀ ਫਿਲਮ ਬਣੇ। ਫਿਰ ਉਸਨੇ ਸੋਚਿਆ ਕਿ ਮੁੱਦਾ ਤਾਂ ਕੱਲ੍ਹ ਸ਼ਾਮ ਦਾ ਹੈ, ਇੰਨੀ ਛੇਤੀ ਤਾਂ ਵੀਡੀਓ ਨਹੀਂ ਬਣਨੀ, ਫਿਲਮ ਕੀ? ਫਿਰ ਸੋਚਣ ਲੱਗਿਆ ਕਿ ਕੋਈ ਕਿਤਾਬ ਲਿਖ ਦਿੰਦਾ ਹਾਂ ਤਾਂ ਕਿੰਨਾ ਵਧੀਆ ਸੀ, ਪਹਿਲਾਂ ਹੀ ਲੋਕ ਉਸ ਬਾਰੇ ਜਾਣ ਜਾਂਦੇ, ਉਹ ਵੀ ਤਾਂ ਹੁਣ ਪੰਜਾਬ ਦਾ ਪਹਿਲੀ ਕਤਾਰ ਦਾ ਗਾਇਕ ਅਤੇ ਗੀਤਕਾਰ ਸੀ।
फिर उसने सोचिया किन्ने लोग प्यार भी करते ने किताब लिख देना किन्ने लोग पढ़ लेंदे पर नहीं नैटफ्लिक्स ते यूट्यूब दे दौर च किताबां नू कौन पढ़दा है हुण लोग अपने दिमाग नहीं वरतना चाहते बस देख लेंदे ने जो सामने वाला घंटे या दो घंटे विच दिखा दे भी। फिर उन्हें सोचिया कि यह तो जिंदगी च बहुत वड्डी गलती कीती जिहड़ी अपने आप ते फिल्म नहीं बनाई कल जो होण वाला है उसका स्वाद होर भी होना सी। अद्धा पौना घंटा यह सोचण तो बाद उन्हें सोचिया कि मैं यह की फालतू दियां गल्लां सोची जा रहा हाँ छड्ड यार बस हुण ना सोच कल होऊ की। फिर उन्हें जो थोड़ा होर स्क्रोल किया तो दिखी एक बड़ी ही अजीब वीडियो कोई पहला अपने आप नूं लोकां अगे लाइव कर रहा सी ते फिर रो रहा सी। उसने दस्या कि वह किस किस तो परेशान है ते अंत फाहा लै लैंदा है। यह देख के उसकी रूह कंब गई और टॉयलेट सीट तो उठ्या ते फिर ख्याल आया कि मैं इत्थे बह के की देखी जा रहा हाँ हा 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 उहदे चेहरे ते यह सोच के समाइल आ जाती है शायद पता नहीं उहदे दिल च की आया कि पतंदर एकदम बाहर निकल के फ्रिज चों कोक कढ के एक गिलास च पाउंदा है ते बैठ के सोफे ते पी जाता है। काफ़ी समा सोचण तो बाद उहदे दिल च आया कि आह लाई वाला काम जिहा तां वाला ही लोट आ लोकी नाल दी नाल देख लैंदे ने भी की करी जांदा ते की बोली जांदा। उन्हें सोचिया वह भी लाइव होकर दसे कि वह किदे किदे तो परेशान है पर एकदम उन्हें सोचिया कि वह किसी इंसान तो बिल्कुल भी परेशान नहीं बस जे है तो अपने अतीत तो जो हर सवेरे सूरज नाल उहदे मत्थे ते आके खड़ जांदा है कि वह कित्थों है उन्हें की कीता जिंदगी च ते अज वह की है। उस कोल अज करोड़ां रुपया है बहुत फैन उसदे दीवाने हन पर उसका अतीत उसनू अज भी जीण नहीं दे रहा चैन नाल उसका अतीत उसका भविख खराब करन दी पूरी स्कीम लाई बैठा है। फिर उन्हें सोचिया ते इको दम बोलिया प्रधान लै भी देखी जाओ हुण तां आही गल है खिच मेरा वीर तैयारी। बस इन्ना कहा तो उठ के किचन वल नू गया एक ब्लैक कॉफ़ी का कप बनाउण लग्या। यह उसकी मनपसंद सी क्योंकि यह उसनू उसकी टेंशन का इलाज भी सी ते उनू चार्ज भी कर देंदी सी। बस फिर की सी पा के कप च कॉफ़ी बब्बू जी हो गए स्टडी रूम वल। स्टडी रूम से कि म्यूजिक रूम कुछ कह नहीं सकते किताबां नाल साज सब आपस च जफ्फियां पाई बैठे सी। कढ़िया शेर ने अपना एप्पल वाला लैपटॉप ते कर लिया फोन नाल कनैक्ट ते खोली इंस्टा लाइव वाली ऑप्शन ते करसर आया पता नहीं की दिमाग च आया कि बाबे दी फोटो अगे आ गया ते दोनों हाथ जोड़ के कहिंदा यारा बहुत औखे आ दिन आए ने ते तैनूं भी पता मैं कित्थों कित्थों तक आ गया हाँ हुण पिछे मुड़ना बहुत औखा है तू मेरे नाल हमेशा मेरा पक्का बेली बन के रहे ते हुण सांभ ली पता नहीं कोई की बोलूँगा पर बस जो भी मैं बोलूँगा वह तू आप ही बुलाई जाई देखी कितें पक्की भुलेखे कच्ची ढा लीए सांभी प्रधान नहीं फिर आपां करता तेरा कुछ नहीं सकते बस एवें एक दूजे वल वेख के बेशर्म जे हुंदे रहांगे कि तू भी माड़े टाइम मेरे नाल नहीं खड़िया। बस इन्ना कह के बब्बू लग गया हाथ जोड़ के लाइव होण अगे हुण बब्बू तो सुनो की कहिंदा मेरा वीर। हाँ जी सत श्री अकाल मैं हाँ थोड़ा सब दा थोड़ा अपना बब्बू आ जाओ सारे जुड़ जाओ अज थोड़े नाल गल्लां करनियां कुछ जरूरी लै भी पतंदरों सवेरे 6 बजे ही बैठे नैट ते ਕਿਹੜਾ ਕੀ ਕਰਦਾ ਹੈ ਬਾਲੇ ਵਿਹਲੇ ਹੋਏ ਤੁਸੀਂ ਵੀ ਹੁਣ ਸੋਚਦੇ ਹੋਵੋਗੇ ਕਿ ਤੂੰ ਕਿਹੜਾ ਬਹੁਤ ਪ੍ਰਭਾਤ ਫੇਰੀ 'ਤੇ ਆਇਆ ਵਿਹਲਾ ਹੀ ਬੈਠਾ ਹੋਏਗਾ ਸਾਰੀ ਰਾਤ ਦਾ ਇੱਥੇ ਤੁਸੀਂ ਬਿਲਕੁਲ ਗਲਤ ਹੋ ਮੈਂ ਸਾਰੀ ਰਾਤ ਸੋਚਿਆ ਅੱਜ ਤਾਂ ਮੇਰੇ ਵਰਗਾ ਬੰਦਾ ਜਿਹੜਾ ਦਿਮਾਗ ਘੱਟ ਹੁੰਦੇ ਹੋਏ ਵੀ ਕੁਝ ਸੋਚ ਰਿਹਾ ਦੇਖੋ ਕਿੰਨਾ ਮੁਸ਼ਕਿਲ ਕੰਮ ਹੈ ਲੈ ਵੀ ਕਮੈਂਟ ਆਉਣ ਲੱਗ ਪਏ ਅਤੇ ਆਪਣੇ ਨਾਲ ਜੁੜ ਗਏ ਨੇ 250 ਲੋਕ ਪਹਿਲੀ ਗੱਲ ਤਾਂ ਇਹ ਵੀ ਮੇਰਾ ਹਾਸਾ ਨਿਕਲੀ ਜਾਂਦਾ ਕਿ ਤੁਸੀਂ ਕੀ ਸੋਚਦੇ ਹੋਵੋਗੇ ਕਿ ਇਹਨੂੰ ਕੀ ਬਿਪਤਾ ਪੈ ਗਈ ਜਿਹੜਾ ਸੱਜ ਰਹੀ ਚੱਕ ਤਾਂ ਲਾਈ ਵਾਲਾ ਕੰਮ ਵੀਰੋ ਅੱਜ ਤੁਹਾਨੂੰ ਦੱਸਣਾ ਹੈ ਕਿ ਬੱਬੂ ਗਾਇਕ ਬੱਬੂ ਹੋਣ ਤੋਂ ਪਹਿਲਾਂ ਕੀ ਹੁੰਦਾ ਸੀ ਖੜੋ ਪਹਿਲਾਂ ਕਮੈਂਟਾਂ ਦੀ ਕਮੈਂਟ ਪੜ੍ਹ ਲਾਂ ਹਾਂਜੀ ਤਾਂ ਸਰਪੰਚ ਸਾਹਿਬ ਕਹਿ ਰਹੇ ਨੇ ਅੱਤ ਜੀ ਐਵੇਂ ਸਰਪੰਚ ਸਾਹਿਬ ਤੁਹਾਨੂੰ ਅੱਤ ਦਿਖ ਗਿਆ ਮੈਂ ਬੈਠਾ ਤਾਂ ਬੁਰਾ ਹਾਲ ਹੋਇਆ ਪਿਆ ਟੈਨਸ਼ਨ ਨਾਲ ਇਹਦੇ 'ਚ ਕੀ ਅੱਤ ਹੈ ਜੀ ਛੱਡੋ ਇੰਸਟਾ ਏਂਜਲ ਕਹਿ ਰਹੀ ਹੈ ਤੁਸੀਂ ਬਹੁਤ ਸੋਹਣੇ ਹੋ ਧੰਨਵਾਦ ਏਂਜਲ ਜੀ ਬਹੁਤ ਬਹੁਤ ਸੋਹਣਾ ਮੈਨੂੰ ਕੀ ਮੈਂ ਹੁਣੀ ਹੋਇਆ ਸੋਹਣਾ ਗੀਤ ਆਉਣ ਤੋਂ ਬਾਅਦ ਪਹਿਲਾਂ ਮੈਨੂੰ ਪਿੰਡ 'ਚ ਸਾਰੇ ਛੇੜਦੇ ਵੀ ਸੀ ਕਿ ਤੈਨੂੰ ਨਹਾਤੇ ਨੂੰ ਕਿੰਨੇ ਦਿਨ ਹੋ ਗਏ ਆਹ ਕਰਨ ਜੀ ਕਹਿ ਰਹੇ ਨੇ ਅਗਲਾ ਗਾਣਾ ਕਦੋਂ ਕੱਢਣਾ ਕਰਨ ਜੀ ਅਗਲੇ ਗਾਣੇ ਨੂੰ ਤਾਂ ਮੈਂ ਵੀ ਕਿਹਾ ਬਾਈ ਆ ਜਾ ਨਿਕਲ ਆ ਸਾਰੇ ਉਡੀਕ ਰਹੇ ਨੇ ਉਹ ਕਹਿੰਦਾ ਹਲੇ ਛਿੜ ਖੜ ਜਾ ਪਿਛਲੇ ਵਾਲਾ ਸੁਣ ਲੈਣ ਦੇ ਲੋਕਾਂ ਨੂੰ ਛੱਡੋ ਯਾਰ ਆਹ ਕਮੈਂਟਾਂ 'ਚ ਅੱਜ ਬਸ ਮੈਨੂੰ ਬੋਲ ਲੈਣ ਦਿਓ ਮੇਰਾ ਵੀਰ ਤੁਹਾਨੂੰ ਬਹੁਤ ਕੰਮ ਦੀਆਂ ਗੱਲਾਂ ਦੱਸੂ ਅੱਜ ਤੁਸੀਂ ਕਹਿਣਾ ਵੀ ਬੱਬੂ ਨੂੰ ਬਹੁਤ ਗੇਮ ਬੰਦਾ ਯਾਰ ਉਹ ਹੋ ਸਕੋ ਤਾਂ ਆਪਣੇ ਆਪਣੇ ਯਾਰਾਂ ਸਹੇਲੀਆਂ ਅਤੇ ਘਰਦਿਆਂ ਨੂੰ ਵੀ ਕਹਿ ਦਿਓ ਵੀ ਲਾਈਵ 'ਤੇ ਆ ਜਾਣ ਬਸ ਅੱਜ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਮੈਂ ਤੁਹਾਨੂੰ ਦੱਸੀ ਜਾਣਾ ਮੁੜ ਕੇ ਇਹ ਮੌਕਾ ਨਹੀਂ ਮਿਲਣਾ ਫਿਰ ਨਾ ਕਿਹੋ ਬਾਈ ਮੇਰਾ ਕਿ ਮੇਰਾ ਸੁਣਨਾ ਰਹਿ ਗਿਆ ਸੀ ਅੱਜ ਤੁਹਾਨੂੰ ਦੱਸੂ ਕਿ ਮੇਰਾ ਪਿੰਡ ਕਿਹੜਾ ਮੇਰਾ ਕਾਰੋਬਾਰ ਕੀ ਹੈ ਮੇਰੇ ਮਾਪੇ ਕੌਣ ਨੇ ਕੀ ਕੀਤਾ ਹੁਣ ਤੱਕ ਅਤੇ ਮੈਂ ਕੀ ਕਰਨਾ ਉਹ ਤੂੰ ਖੜ ਜਾ ਯਾਰ ਕਿਹੜਾ ਇਹ ਬੁੱਗੀਆਂ ਜੀਆਂ ਭੇਜੀ ਜਾਂਦਾ ਹੈ ਇਹ ਭਾਬੀ ਲਈ ਸਾਂਭ ਕੇ ਰੱਖ ਮੇਰੀ ਧਿਆਨ ਨਾਲ ਗੱਲ ਸੁਣ ਲੈ ਵੀ ਮੈਂ 560 ਜਣੇ ਹੋ ਗਏ ਲਾਈਵ ਅਤੇ ਆਉਣ ਦਿਓ ਮੇਰਾ ਵੀਰ ਸਵਾਦ ਲਿਆਂਦੂ
अज थोनू एदा कदे ना तुसी देखिया होना ते ना ही सुनिया होना। हुण सोच रहा गल कित्थों शुरू करा, साली जिंदगी बाली फिल्म मर गई है जे अद चों सुनाउण लग्या तां तुसी कहना भी एवें साला सुट्टी जांदा। एडवोकेट रघबीर सिंह तुसी मेरे मैसेज का रिप्लाई नहीं सी कीता, ओ वकील साहब इत्थे जिंदगी दूरी होई पई है थोनू मैसेजां दी पई है। कोई नहीं, थोड़ा सब का रिप्लाई करूँ, हाले थोड़े दिन मैं उलझिया होया। बाबे गल सुनो यार, थोड़े भाई की जिहड़ी लाइफ है ना साली, इदां लगता जिवें बाबे ने जदों लिखी हो वह हफ्ते फिल्मां देखियां होणियां। वीरो पर एक गल दसदा, फिल्म च हीरो मेहनत करता बहुत आसानी नाल दिख जांदा, पर बाई जी असल जिंदगी च मेहनत करनी पवे तां बंदे दीआं तसल्लियां हो जांदियां ने, क्योंकि फिल्मां वांगू मेहनत अद्धे घंटे या दो घंटे की मौज नहीं हुंदी। इत्थे तां कई सालां की मेहनत तो बाद बस कुछ घड़ियां की मौज हुंदी है। बाबा बहुत अजीब राइटर डायरैक्टर है, जमा ही अपने हीरो ते तरस नहीं करदा, ते असल जिंदगी च विलन हुंदा इक ते ना ही हीरोइन हुंदी है। ये भी समय समय नाल बंदे दियां बदलदियां रहिंदियां, जवानी च प्यार तां हर सोहणे चेहरे नाल हुंदा लगदा है, ओह गल अड हुंदी है भी अपनी इक नाल दी आ। विलन भी पता नहीं कौन हुंदा है ते कदों कोई अपना पक्का यार दोस्त ही बन जाए, रिश्तेदार जां शरीक साला भी हुंदा है, जमा साऊ जिहा आम जिहा दिख वाला। फिल्मां वाले तां दिखाउंदे आ कि उह शकलों बहुत भैड़ा हुंदा है, बंदे नूं देख के अंदाजा हो जांदा है भी ये कोई चक्कर पाओ। तो अपनी जिंदगी हरेक की फिल्म वांग हुंदी है, पर हरेक नूं अपने आप ते इदां हुंदा कि मैं फलाने जिन्ना सोहना क्यों नहीं, उहदे जिनी दौलत जां शोहरत मैनू क्यों नहीं मिली। यानी कि असल जिंदगी च हीरो ते विलन कोई स्पष्ट किरदार नहीं, हीरो किसे होर नूं हीरो समझदा है ते विलन किसे होर नूं विलन। पर एक सब पासे इक्को सार हुंदी है फिल्मां विच वी ते असल जिंदगी च वी, कि उह हुंदे ने मापे जिन्हें सानू पालिया हुंदा, यानी कि गार्जियन जिहड़ा मापियां दे नाल फार्म ते बराबर लिखे हुंदे ने। यह तबका हमेशा थोड़ा चंगा हुंदा, यह विलन दे भी चंगे हुंदे ने ते एक्टर ते हीरो दे भी। अपनी फिल्म दा हीरो होण करके मैं थोनू दस देवां कि सब वांग मैनू भी यही लगदा कि मेहनत दा बस मेरे मापियां ने ही कीती है, बाकी सब दे अपने आप पल गए। सब यही कहिंदे ने कि बचपन च असी तां बहुत माड़ा टाइम कट्टिया, पर मैं उन्होंने दस देवां वीरो परिवार नूं सैट हुंदे हुंदे बच्चियां नूं जम्मण तों बाद 10-15 साल लगदे ने, ते जदों अपने मापियां नूं साडे दादा दादी जिम्मेवारी पाउंदे ने तां इह टाइम असी सब ने देखिया ही है। कि यह ना सोचो कि बचपन साडा ही औखा लंघिया, कदे अनुमान ला के देखिए तां लेट फीस हमेशा स्कूलों विच ज़्यादा पढ़ाई जाती है ते कालजां च नहीं, क्योंकि बच्चे कॉलेज लग जाण तक बच्चे जां मापे अपने पैरां ते सिर हो जांदे ने। तुसीं छड्डो साला, मैं तुहानूं की सवेरे सवेरे उलझाण लग पिया। सो मित्रों, मेरे बारे लोगों के बहुत अजीब विचार ने कि यह लच्चर गीत गाउंदा है, गोलियां बंदूकों की गल करदा है, ते गाउण तों पहलां नशे करदा रहा जां वेचदा भी रहा है। हुण भी यह कुड़ियां ते समय समय नाल बदलदा रहिंदा है, पर अज मैं थोनू सब नू सच दसना चाहुंदा है कि सच की है। सब तो पहला गल थोड़े ए कि इल्ज़ाम सच ने कि मैं बिल्कुल यह सारा कुछ करदा रहा सी, पर सी ते है विच बहुत फर्क है, यह समाज नू कद समझ आऊगी। पता नहीं कदे किसी ने यह नहीं दस्या कि मैं कित्थों ते कित्थे आया ते किन्नी मेहनत की आ ते किन्नियां रातां मैं भुखे ने कट्टियां ने, किन्ना कुछ अजिहा देखिया जिहदे नाल मेरे सुभाअ चों नरमी बिल्कुल चली गई है। मेरी शोहरत नू थोड़े टाइम दी दसण वालिया ने मैनू नशेड़ी ते जनानीबाज कहण वालिया नू जां होर उस बंदे नू जिहदी निगाह च मैं विलन आ, अज इह कहण आया हाँ कि हर बंदे च विलन हुंदा पर बंदे च हीरो भी हुंदा। एवें किताबी जिहियां गल्लां नहीं मैं करदा कि समाज पिछे ते इस सब पिछे समाज दा हाथ है, गरीबी दा हाथ है, जां सब तो मशहूर बचण दा सही सिस्टम तरीका है, यह सब बकवास है। समाज अपनी रोटी कमा रहा, सिस्टम नू खुद नहीं पता कि वह सिस्टम है। बस मैनू इस सब पिछे एक चीज़ लगती है, वह ने मौके दे हालात, हाल की घड़ी थोड़े दिल च की आ रहा है, तुसी की चाहते हो, तुसी की कर रहे हो, ये सब लई खुद जिम्मेवार हो। झूठ ना बोलता होया कहना असी सारे ही अपने आप दे विलन हाँ ते हीरो भी। बस रब थोनू परखद स्क्रिप्ट दे के ते थोनू विलन कोल ऐश दिखती है, हीरो कोल बहुत ज़्यादा मेहनत। असी जवानी च ऐश करन लई विलन बन जाते हाँ, आही होया मेरे नाल भी। लो 10,000 जुड़ गए, हुण हो गए 6:30, तां चलो इन्ने कु तां सुनो भी चक्कर की आ। यह गरंटी आ मेरी भी एक्शन भी होऊ, रोमांस भी होऊ, कॉमेडी भी होऊ, तो थोनू पतंदरों बोर नहीं होण दिंदा। चलो हुण बचपन तो शुरू कर दें, मेरी भी साली नींह रखण वाले तो ही प्रॉब्लम शुरू हो गई सी। तो अज लई इन्ना ही, मिलदे आ इस दे अगले भाग दे विच अगली वीडियो च। टिल दैन टेक केयर।